ਕੀ ਨਾਮ ਕੀ ਤੁਹਾਡਾ ਮੇਰਾ ਨਾਮ ਰਪਿੰਦਰ ਸਿੰਘ ਪਿੰਡ ਸੇਖਰਵਾਜਰਾ ਜ਼ਿਲ੍ਹਾ ਮੋਹਾਲੀ ਤਹਿਸੀਲ ਮੋਹਾਲੀ ਜੀ ਮਾਮਲਾ ਕੀ ਮਾਮਲਾ ਸਾਡਾ ਜੀ ਅਸੀਂ ਸੈੱਡ ਪਾਇਆ ਸੀਗਾ ਤੋਂ 6 ਮਹੀਨੇ ਪਹਿਲੇ ਤੇ ਉਹ ਸੈੱਡ ਬਣ ਦੇ ਵਿੱਚ ਜੀ ਸਾਡੀ ਜਿਹੜੀ ਕੰਧ ਸੀਗੀ ਨਾ ਪਹਿਲਾਂ ਵਾਲੀ ਉਹ ਛੋਟੀ ਰਹਿ ਗਈ ਸੀ ਉੱਪਰ ਚੱਕੇ ਕਰਨਾ ਸੀਗਾ ਜੀ ਆਪਾਂ ਨੇ ਤੇ ਸਾਨੂੰ ਇਹਨਾਂ ਦੇ ਫੋਨ ਆਉਣ ਲੱਗ ਗਏ ਵੀ ਤੁਸੀਂ ਨਜਾਇਜ਼ ਕਬਜ਼ਾ ਕਰਦੇ ਪਏ ਹੋ ਮੈਂ ਇਹਨਾਂ ਬਾਰ ਬਾਰ ਕਿਹਾ ਵੀਰੇ ਮੇਰੀ ਆਪ ਦੀ ਜਗ੍ਹਾ ਛੱਡੀ ਹੋਈ ਸੀ 5 ਫੁੱਟ ਜਗ੍ਹਾ ਛੱਡ ਕੇ ਅਸੀਂ ਇਹ ਕੀਤਾ ਹੋਇਆ ਜਿਹੜਾ ਸਾਡਾ ਪਿੰਡ ਦਾ ਇੱਕ ਰਣਧੀਰ ਰਣਧੀਰ ਸਿੰਘ ਹੈ ਉਹਦੀ ਵਾਈਫ ਸਰਪੰਚ ਆ ਉਹ ਕੋਈ ਸਰਪੰਚ ਨਹੀਂ ਹੈਗਾ ਬੰਦਾ ਕਿਹੜੀ ਪਾਰਟੀ ਨਾਲ ਸੰਬੰਧ ਕਰੀ ਉਹ ਕਾਂਗਰਸ ਪਾਰਟੀ ਨਾਲ ਸੰਬੰਧ ਕਰਦੇ ਆ ਜੀ ਉਹੀ ਗੱਲ ਹੈ ਰਜਸਬਾਜੀ ਵਾਲੀ ਹੋ ਗਈ ਉਹ ਕਹਿੰਦੇ ਤੁਸੀਂ ਇਹਨਾਂ ਨੂੰ ਵੋਟਾਂ ਪਾਈਆਂ ਆਪਣੇ ਆਮ ਪਾਰਟੀ ਵਾਲੇ ਕਿਉਂਕਿ ਅਸੀਂ ਕਹੀ ਪਾਈਆਂ ਸਾਡੀ ਮਰਜ਼ੀ ਹੈਗੀ ਠੀਕ ਹੈ ਇਹਦੇ ਵਿੱਚ ਰਜਸਬਾਜੀ ਲੈ ਕੇ ਉਹਨਾਂ ਨੇ ਸਾਡੇ ਇੱਥੇ ਵੀਡੀਓ ਸਾਹਿਬ ਨੂੰ ਬੁਲਾ ਕੇ ਇੱਕ ਝੂਠੀ ਤਰ੍ਹਾਂ ਮਤਾ ਤਿਆਰ ਕਰਕੇ ਇਹਨਾਂ ਨੇ ਸਾਡੇ ਨਾਲ ਇਹ ਕੰਮ ਕੀਤਾ ਜਿਹੜੀ ਸਾਡੀ ਕੰਧ ਢਾਹੀ ਕੀਤੀ ਨਹੀਂ ਜੀ ਵੀਡੀਓ ਸਾਹਿਬ ਆਪਣਾ ਪੰਚਾਇਤ ਸੈਕਟਰੀ ਤੇ ਉੱਥੇ ਪੰਚਾਇਤ ਦਾ ਕੋਈ ਬੰਦਾ ਨਹੀਂ ਸੀਗਾ ਜੀ ਨਾ ਪੰਚ ਨਾ ਕੋਈ ਸਰਪੰਚ ਜਦੋਂ ਇਹ ਕਾਰਨਾਮਾ ਕੀਤਾ ਆ ਗਿਆ ਤੇ ਨਾ ਹੀ ਸਾਨੂੰ ਕੋਈ ਤਲਾਹ ਦਿੱਤੀ ਗਈ ਜੀ ਨਾ ਕੋਈ ਨੋਟੀਫਿਕੇਸ਼ਨ ਹੋ ਗਿਆ ਵੀ ਤੁਹਾਡੀ ਇਹ ਜਿਹੜੀ ਕੰਧ ਹੈ ਤੁਸੀਂ ਗਲਤ ਹੈ ਜਾਂ ਸਹੀ ਹੈ ਕੋਈ ਮਿਣਤੀ ਨਹੀਂ ਉੱਥੇ ਹੋਈ ਗਈ ਜੀ ਮੈਨੂੰ ਲੱਗਦਾ ਵੀ ਉਹਨਾਂ ਵੀਡੀਓ ਸਾਹਿਬ ਨੇ ਚੰਗੇ ਰੁਪਈਏ ਲੈ ਕੇ ਇਹ ਕੰਮ ਕੀਤਾ ਮੀਡੀਆ ਦਾ ਕਹਿਣਾ ਹੈ ਵੀ ਤੁਹਾਨੂੰ ਨੋਟਿਸ ਭੇਜੇ ਗਏ ਪਰ ਤੁਸੀਂ ਇਨਕਾਰੀ ਹੋਏ ਵੀ ਅਸੀਂ ਨੋਟਿਸ ਨਹੀਂ ਲਿਆ ਸਾਡੇ ਕੋਲ ਕੋਈ ਨੋਟਿਸ ਨਹੀਂ ਆਇਆ ਜੀ ਉਹਨਾਂ ਦਾ ਕੋਈ ਗੱਲ ਨਹੀਂ ਜੀ ਕੋਈ ਗੱਲਬਾਤ ਨਹੀਂ ਹੋਈ ਨਾ ਹੀ ਸਾਡੇ ਘਰ ਕੋਈ ਆਇਆ ਜੀ ਲੈ ਕੇ ਉਹਨਾਂ ਨੂੰ ਇਹਦੇ ਕਿ ਸਿਰਫ ਝੂਠੀ ਗੱਲਾਂ ਹੁਣ ਬਣਾ ਬਣਾ ਕੇ ਉਹ ਦੱਸੀ ਜਾਂਦੇ ਆ ਵੀ ਜੋ ਇਹਨੇ ਕੀਤਾ ਬਹੁਤ ਮਾੜਾ ਕੀਤਾ ਸਾਡੇ ਨਾਲ ਸਾਡੀਆਂ ਸੜਕ ਦੇ ਉੱਤੇ ਮੱਝਾਂ ਖੜੀਆਂ ਜੀ 2-2 ਲੱਖ ਰੁਪਏ ਦੀ ਇੱਕ ਮੱਝ ਹੈ ਜੀ ਰਾਤ ਨੂੰ ਚੋਰੀ ਹੋ ਗਈ ਪ੍ਰਸ਼ਾਸਨ ਨੂੰ ਤਾਂ ਜ਼ਿੰਮੇਵਾਰ ਹੈ ਅਸੀਂ ਵਾਰ ਵਾਰ ਨੂੰ ਇਹੀ ਅਪੀਲ ਕਰਦੇ ਪਏ ਹਾਂ ਵੀ ਸਾਡੀ ਜੋ ਕੰਧ ਹੈ ਸਾਨੂੰ ਕਰ ਲੈਣ ਦਿਓ ਵੀ ਜਿੱਦਣ ਤੁਸੀਂ ਮਿਣਤੀ ਕਰਕੇ ਸਾਡੀ ਕੰਧ ਵੀ ਉੱਥੇ ਬੇਨਤੀ ਦੇ ਵਿੱਚ ਆ ਗਈ ਵੀ ਤੁਹਾਡੀ ਗਲਤ ਹੈ ਅਸੀਂ ਪੱਟ ਗਿਆ ਆਪਣੀ ਨੂੰ ਅੱਗੇ 2 ਫੁੱਟ ਹੋਰ ਆਪਣੇ ਘਰ ਲੈ ਜਾਵਾਂਗੇ ਇਹ ਮਸਲਾ ਸ਼ੁਰੂ ਕਿੱਥੋਂ ਹੋਇਆ ਜੀ ਮਤਲਬ ਕਿ ਪਹਿਲਾਂ ਤੁਹਾਡੀ ਜ਼ਮੀਨ ਸੀ ਪਹਿਲਾਂ ਤੁਸੀਂ 5 ਫੁੱਟ ਜਗ੍ਹਾ ਛੱਡੀ ਸੀ ਕੀ ਸੀਗਾ ਜੀ ਮਤਲਬ ਨਜਾਇਜ਼ ਕਬਜ਼ਾ ਮੈਂ ਤੁਹਾਡਾ ਕੋਈ ਨਜਾਇਜ਼ ਕਬਜ਼ਾ ਨਹੀਂ ਹੈ ਸਰ ਅਸਲ 'ਚ ਗੱਲ ਇਦਾਂ ਹੈ ਕਿਸਾਨ ਤਕਰੀਬਨ ਪਿਛਲੇ 50-60 ਸਾਲ ਤੋਂ ਉੱਤੇ ਰਹਿਸ਼ ਹੈ ਜੀ ਰਹਿਸ਼ ਕੀਤੀ ਹੋਈ ਆਪਣੀ ਤੇ ਜਿਵੇਂ ਆਪਾਂ ਆਮ ਤੌਰ ਤੇ ਆਪਣੀ ਸੜਕ ਦੇ ਨਾਲ ਜਿਹੜੀ ਬਾਉਂਡਰੀ ਵਾਲ ਹੁੰਦੀ ਆ ਆਪਣੀ ਉੱਥੇ ਆਪਾਂ 5-6 ਫੁੱਟ ਜਗ੍ਹਾ ਛੱਡ ਦਿੰਦੇ ਹੁੰਦੇ ਆ ਉਹਨੇ ਆਪਣੀ ਛੱਡੀ ਹੋਈ ਸੀਗੀ ਤੇ 6 ਫੁੱਟ ਇਹਨੇ ਆਪਣੀ ਮਰਜ਼ੀ ਦੀ ਆਪਣੀ ਜਗ੍ਹਾ ਸਾਂਝੇ ਮਸਰਕੇ ਤੋਂ ਕੋਈ ਸਾਂਝੇ ਮਸਰਕਾ ਜੀ ਤੁਹਾਡੀ ਆਪਣੇ ਨੂੰ ਆਪਣੀ ਜਗ੍ਹਾ ਜੀ ਹਾਂ ਆਬਾਦੀ ਦੀ ਜਗ੍ਹਾ ਜੀ ਕੁਛ ਇਹਦੀ ਨੰਬਰਾਂ ਦੀ ਜਗ੍ਹਾ ਹੈ ਤੇ ਕੁਛ ਆਬਾਦੀ ਹੈ ਅੱਛਾ ਪਿੰਡ ਜੀ ਮੇ ਆਬਾਦੀ ਹੈ ਲਾਲਕੀਰ ਦੇ ਅੰਦਰ ਲਾਲਕੀਰ ਤੋਂ ਹੁੰਦਾ ਜੀ ਇਹਨੇ 6 ਫੁੱਟ ਜਗ੍ਹਾ ਛੱਡ ਗਿਆ ਆਪਦੀ ਸੜਕ ਦੇ ਨਾਲ ਆਪਣੀ ਬਾਉਂਡਰੀ ਵਾਲ ਕੀਤੀ ਹੋਈ ਸੀਗੀ ਉਹ ਬਾਉਂਡਰੀ ਵਾਲ ਸੀਗੀ 6 ਫੁੱਟ ਦੀ ਇਹਨੇ ਮੱਝਾਂ ਵਾਸਤੇ ਛੱਡ ਪਾਇਆ ਤਕਰੀਬਨ 12 ਫੁੱਟ ਵਿੱਚ ਆ ਤੇ ਉਹ ਉਹਦੇ ਫਿੱਟ ਨਹੀਂ ਬੈਠਦਾ ਸੀ ਇਹਨੇ ਜਿਹੜੀ ਆਪਣੀ ਬਾਹਰ ਜਗ੍ਹਾ ਛੱਡੀ ਹੋਈ ਸੀ ਆਪਣੇ ਬਰਤਨ ਵਾਸਤੇ ਉਹ ਜਿਹਨੇ 6 ਮਹੀਨੇ ਪਹਿਲਾਂ ਜੀ ਪਾਈਪ ਕੱਢਦੇ ਸ਼ੈੱਡ ਵਾਲੇ ਸ਼ੈੱਡ ਪਾ ਤਾ ਜੀ ਸ਼ੈੱਡ ਪਾ ਕੇ ਪਾਈਪ ਕੱਢਦੇ ਕੋਈ ਗੱਲਬਾਤ ਨਹੀਂ ਹੋਈ 6 ਮਹੀਨੇ ਸ਼ੈੱਡ ਪਾਈ ਨੂੰ ਹੋ ਗਏ ਵੋਟਾਂ ਪੈਣ ਤੋਂ ਪਹਿਲਾਂ ਦੀ ਗੱਲ ਹੈ ਤੇ ਉਸ ਤੋਂ ਬਾਅਦ ਸਾਰਾ ਕੁਝ ਠੀਕ ਠਾਕ ਚੱਲਦਾ ਰਿਹਾ ਤੇ ਵੋਟਾਂ ਹੁਣ ਆਪਾਂ ਨੂੰ ਪਤਾ ਹੀ ਪਿੱਛੇ ਵੋਟਾਂ ਪੈ ਕੇ ਹੱਟੀਆਂ ਉਹ ਸਰਪੰਚ ਪਹਿਲਾਂ ਜੀ ਕਾਂਗਰਸ ਨਾਲ ਬਿਲੋਂਗ ਕਰਦਾ ਸੀਗਾ ਤੇ ਹੁਣ ਉਹ ਆਮ ਆਦਮੀ ਚ ਰਲ ਗਿਆ ਬਕਾਇਦਾ ਉਹਦੀਆਂ ਫੋਟੋਆਂ ਵੀ ਭਗਵੰਤ ਮਾਨ ਸਾਹਿਬ ਕੋਲ ਦੇ ਨਾਲ ਸਾਡੇ ਕੋਲੇ ਪਈਆਂ ਨੇ ਹੁਣੇ ਤੁਹਾਡਾ ਇਹਨਾਂ ਦਾ ਕਹਿਣਾ ਸੀ ਵੀ ਸਰਪੰਚ ਜਿਹੜਾ ਉਹ ਕਾਂਗਰਸੀ ਹੈ ਤੇ ਅਸੀਂ ਵੋਟਾਂ ਆਮ ਆਦਮੀ ਪਾਰਟੀ ਦੇ ਪਏ ਤਾਂ ਹੋਈਆਂ ਹਾਂਜੀ ਫਿਰ ਉਹ ਤੁਹਾਡੇ ਨਾਲ ਕਿਉਂ ਨਹੀਂ ਖੜ ਰਹੇ ਜੀ ਆਪ ਤੇ ਉਹੀ ਦੱਸਦੇ ਆ ਹੁਣ ਉਹ ਉਸਨੇ ਵੋਟਾਂ 'ਚ ਪ੍ਰਚਾਰ ਕੀਤਾ ਕਾਂਗਰਸ ਦਾ ਬਟ ਉਹਦਾ ਜਿਹੜਾ ਅੰਦਰ ਖਾਤੇ ਸਮਝੌਤਾ ਸੀਗਾ ਆਮ ਆਦਮੀ ਪਾਰਟੀ ਨਾਲ ਸੀਗਾ ਆਮ ਆਦਮੀ ਦੇ ਜਿਹੜੇ ਦਫ਼ਤਰ ਤੋਂ ਉਹਦੀ ਫੁੱਲ ਸਪੋਰਟ ਹੋ ਰਹੀ ਹੈ ਤੇ ਆਮ ਆਦਮੀ ਜਿਹੜੇ ਵਰਕਰ ਆ ਉਹ ਸਾਨੂੰ ਫੋਨ ਕਰਕੇ ਇਹ ਕਹਿ ਰਹੇ ਹੈ ਕਿ ਅਸੀਂ ਤੁਹਾਡੀ ਕੰਧ ਢਵਾਈ ਹੈ ਸਟੈਂਡ ਲੈ ਕੇ ਢਵਾਈ ਹੈ ਤੇ ਹੋਣ ਨਹੀਂ ਦਿੰਦੇ ਤੁਸੀਂ ਜ਼ੋਰ ਲਾ ਲਓ ਕਿਹੜੇ ਵਰਕਰ ਨੇ ਜੀ ਉਹ ਵਰਕਰ ਜਿਹੜੇ ਪਹਿਲਾਂ ਅਕਾਲੀ ਦਲ ਸੀਗੇ ਤੇ ਹੁਣ ਆਮ ਆਦਮੀ ਚ ਰਲ ਗਏ ਨਾਮ ਚਲੋ ਹੁਣ ਮੈਂ ਕੀ ਲੈ ਸਕਦਾ ਉਹ ਖੁਦ ਦਫ਼ਤਰ ਵਾਲਿਆਂ ਨੂੰ ਪਤਾ ਹੀ ਹੈ ਕਿ ਆਮ ਆਦਮੀ ਉਹਨਾਂ ਪਹਿਲਾਂ ਆਮ ਆਦਮੀ ਚ ਆ ਗਏ ਹੁਣ ਪਹਿਲਾਂ ਨੇ ਅਕਾਲੀ ਦਲ ਖਤਮ ਕੀਤਾ ਹੈ ਮੋਹਾਲੀ ਹਲਕੇ ਚੋਂ ਅਕਾਲੀ ਦਲ ਖਤਮ ਕਰਨ ਵਾਲੇ ਉਹ ਜਿਹੜੇ ਇਸ ਟਾਈਮ ਕੁਲਵੰਤ ਸਿੰਘ ਦੇ ਬਹੁਤ ਨੇੜੇ ਨੇ ਜੀ ਤੁਸੀਂ ਮਿਲੇ ਹੋ ਕੁਲਵੰਤ ਸਿੰਘ ਜੀ ਕੁਲਵੰਤ ਸਿੰਘ ਨਾਲ ਸਾਡੀ ਮੁਲਾਕਾਤ ਵੀ ਹੋਈ ਸਾਨੂੰ ਦਫ਼ਤਰ ਵੀ ਬੁਲਾਇਆ ਗਿਆ ਜੀ ਉੱਥੇ ਉਹਨਾਂ ਨੇ ਬਕਾਇਦਾ ਸਾਨੂੰ ਕਿਹਾ ਕਿ ਤੁਸੀਂ ਝੰਡੇ ਕਾਂਗਰਸ ਦੇ ਲਾਏ ਸੀ ਸਾਨੂੰ ਵੋਟਾਂ ਨਹੀਂ ਪਾਈਆਂ ਜਦੋਂ ਤੁਸੀਂ ਆਰੋਪ ਲਾ ਰਹੇ ਹੋ ਕਿ ਪਹਿਲਾਂ ਉਹ ਕਾਂਗਰਸ ਦੀ ਸੀਗਾ ਤੇ ਆਮ ਆਦਮੀ ਚ ਆ ਗਿਆ ਤੇ ਉਸ ਤੋਂ ਬਾਵਜੂਦ ਜੋ ਇਸ ਸਮੇਂ ਐਮਐਲਏ ਆਮ ਆਦਮੀ ਪਾਰਟੀ ਦਾ ਤੁਸੀਂ ਉਹਨਾਂ ਨਾਲ ਕਿਹੜੀ ਗੱਲ ਕੀਤੀ ਹੁਣ ਉਹ ਫੁੱਲ ਸਪੋਰਟ ਸਰਪੰਚ ਦੀ ਕਰ ਰਿਹਾ ਜੀ ਇਸ ਟਾਈਮ ਉਹਨਾਂ ਦੇ ਕਹਿਣ ਤੇ ਪ੍ਰਸ਼ਾਸਨ ਅਨਲੀਗਲ ਤੌਰ ਤੇ ਉੱਥੇ ਗਿਆ ਹੈ ਇਹ ਬਕਾਇਦਾ ਵੀਡੀਓ ਹੈ ਜੀ ਵੀਡੀਓ ਸਾਹਿਬ ਦੀ ਮੈਂ ਵੀ ਉੱਥੇ ਮੌਕੇ ਤੇ ਪਹੁੰਚਿਆ ਜਦੋਂ ਮੈਂ ਉਹਨੂੰ ਫੋਨ ਕਰਿਆ ਮੈਂ ਵੀਡੀਓ ਸਾਹਿਬ ਨੂੰ ਕਿਹਾ ਤੁਹਾਡੇ ਕੋਲੇ ਕੋਈ ਸਰਕਾਰੀ ਕੋਈ ਉਹ ਹੈਗਾ ਆਰਡਰ ਸਾਡੀ ਮਕਾਨ ਢਾਣ ਦਾ ਜਾਂ ਕੋਈ ਮਿਣਤੀ ਤੁਸੀਂ ਕਰੀਏ ਕੰਧ ਦੀ ਇਹ ਗੱਲ ਹੋਣੀ ਵੀ ਚਾਹੀਦੀ ਨਾ ਕਿ ਕੰਧ ਪਰਿਵਾਰ ਦੀ ਸੜਕ ਤੇ ਆਉਂਦੀ ਵੀ ਹੈ ਜਾਂ ਨਹੀਂ ਆਉਂਦੀ ਆਪਾਂ ਬਿਨਾਂ ਮਿਣਤੀ ਤੋਂ ਕਿਵੇਂ ਕਿਸੇ ਦਾ ਰਹਿਸ਼ੀ ਮਕਾਨ ਢਾ ਸਕਦੇ ਵੀਡੀਓ ਦਿਖਾਓ ਉੱਧਰ ਕਰਕੇ ਜੀ ਕਿਤੇ ਇਹ ਸਿਆਸੀ ਸਟੰਟ ਤਾਂ ਨਹੀਂ ਹੈ ਜੀ ਤੁਸੀਂ ਕਾਂਗਰਸ ਦੇ ਸਪੋਰਟਰ ਹੋ ਗਏ ਤੇ ਆਮ ਆਦਮੀ ਪਾਰਟੀ ਦੇ ਫੋਨ ਆ ਰਿਹਾ ਨਹੀਂ ਜੀ ਨਹੀਂ ਅਸੀਂ ਕੋਈ ਨਹੀਂ ਅਮਰੀਕਾ ਗਏ ਹੋਏ ਨੇ ਤੇ ਉਸ ਤੋਂ ਬਾਅਦ ਜਿਹੜੇ ਇਸੇ ਪਿੱਛੇ ਦੇ ਬਾਗਡੋਰ ਸਾਂਭੀ ਹੋਈ ਹੈ
सरपंच है नहीं सरपंच है नहीं कोई पंचायत मैंबर मौके पर मौजूद नहीं ਨਜਾਇਜ਼ ਹੈ ਠੀਕ ਹੈ ਪਰ ਫਿਰ ਕਾਰਵਾਈ ਇੱਕ ਪਰਿਵਾਰ ਤੇ ਕਿਉਂ ਹੈ ਜਦਕਿ ਸਰਪੰਚ ਸਾਹਿਬ ਨੇ ਖੁਦ ਡੇਢ ਕਿੱਲਾ ਪੰਚਾਇਤ ਦੀ ਜ਼ਮੀਨ ਦਾ ਵਾਹ ਰਹੇ ਹੈ ਤੇ ਉਹਨਾਂ ਨੇ ਆਪਣੀ ਦੁਕਾਨਾਂ ਵੀ ਪੰਚਾਇਤ ਦੀ ਜਗ੍ਹਾ 'ਚ ਬਣਾਈਆਂ ਹੋਈਆਂ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੋਰ ਨਜਾਇਜ਼ ਸ਼ੈੱਡ ਵੀ ਬਣੇ ਹੋਏ ਨੇ ਖਰਚਾ ਵੀ ਕੌਣ ਲੈਂਦਾ ਪੰਚਾਇਤ ਜਾਂਦਾ ਆਪ ਸਰਪੰਚ ਆਪ ਲੈਂਦਾ ਕਹਿੰਦਾ ਜੀ ਦੁਕਾਨਾਂ ਦਾ ਕੋਈ ਉਹ ਸਰਪੰਚ ਦੇ ਸਰਪੰਚ ਨੇ ਆਪਣੇ ਨਿੱਜੀ ਹੈ ਜੀ ਜਿੰਨੀ ਵੀ ਜੀ ਸ਼ਾਮ ਲਾਟ ਵਾਹੀ ਹੋਈ ਉਹ ਤੇ ਸਰਪੰਚ ਕੋਲ ਪੈਸੇ ਲੋਕਾਂ ਨੇ 5-5 7-7 ਕਿੱਲੇ ਫ੍ਰੀ 'ਚ ਸ਼ਾਮ ਲਾਟ ਦੇ ਵਾਹੇ ਹੋਏ ਆ ਉਹਦਾ ਕੋਈ ਮਤਾ ਨਹੀਂ ਪੈਂਦਾ ਕਿ ਇਹਦਾ ਠੇਕਾ ਲਿਆ ਜਾਵੇ ਉੱਥੇ ਕੋਈ ਕਾਰਵਾਈ ਨਹੀਂ ਹੁੰਦੀ ਅਸੀਂ ਵੀ ਇੱਕ ਪੰਚਾਇਤ ਨੇ ਆਪਣੀ ਜਿਹੜੀਆਂ ਪੰਚਾਇਤੀ ਵੋਟਾਂ ਵੇਲੇ ਇਹਨਾਂ ਨੇ ਵੋਟਾਂ ਪੰਚਾਇਤ ਨੂੰ ਨਹੀਂ ਪਾਈਆਂ ਇਹ ਪੰਚਾਇਤ ਦੇ ਅਗੇਂਸਟ ਸੀਗੇ ਉਹ ਰੰਜਿਸ਼ ਗੱਡੀ ਹੈ ਤੇ ਹੁਣ ਉਹ ਕਹਿੰਦੇ ਸੀ ਆਮ ਆਦਮੀ ਨੂੰ ਵੋਟਾਂ ਪਾਓ ਇਹਨੇ ਆਮ ਆਦਮੀ ਨੂੰ ਇਹ ਕਹਿੰਦਾ ਮੈਂ ਆਮ ਆਦਮੀ ਨੂੰ ਪਾਈਆਂ ਉਹ ਕਹਿੰਦਾ ਤੇਰੇ ਮਕਾਨ ਤੇ ਝੰਡੇ ਕਾਂਗਰਸ ਦੇ ਸੀਗੇ ਜਦਕਿ ਉਹ ਪਹਿਲਾਂ ਖੁਦ ਕਾਂਗਰਸ ਸੀ ਸਿਰਫ ਪੋਲੀਟੀਕਲ ਜਿਹੜਾ ਤੁਹਾਡੇ ਨਾਲ ਰੰਜਿਸ਼ ਕੱਢੀ ਜਾ ਰਹੀ ਪੋਲੀਟੀਕਲ ਰੰਜਿਸ਼ ਹੈ ਜੀ ਤੇ ਇਹਦੀ ਹੁਣ ਸ਼ਿਕਾਇਤ ਤੁਸੀਂ ਕਿੱਥੇ ਦਿੱਤੀ ਹੈ ਅਸੀਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹੀ ਬੇਨਤੀ ਕਰਦੇ ਹਾਂ ਜੀ ਲੋਕਾਂ ਨੇ ਸਰਕਾਰ ਬਦਲਾਅ ਵਾਸਤੇ ਚੁਣੀ ਆ ਬਦਲਾਖੋਰੀ ਵਾਸਤੇ ਨਹੀਂ ਚੁਣੀ ਜਿਹੜੀ ਸਾਡੇ ਮਕਾਨ ਢਾ ਕੇ ਸਾਡੇ ਨਾਲ ਬਦਲਾਖੋਰੀ ਕੀਤੀ ਜਾ ਰਹੀ ਹੈ ਇਹ ਤੁਸੀਂ ਕੋਈ ਸ਼ਿਕਾਇਤ ਕੀਤੀ ਜਾਣੀ ਹੈ ਕਿਉਂਕਿ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਦੇਖੋ ਆਪਾਂ ਇੱਕ ਹੁਣ ਕਾਨੂੰਨ ਤਾਂ ਸਭ ਨੂੰ ਪਤਾ ਜੀ ਕਿ ਬਿਨਾਂ ਨਿਸ਼ਾਨਦੇਹੀ ਤੋਂ ਜਾਂ ਮਿੰਟ ਤੋਂ ਆਪਾਂ ਕਿਸੇ ਦਾ ਮਕਾਨ ਨਹੀਂ ਢਾ ਸਕਦੇ ਤੁਸੀਂ ਅਵਤਾਰ ਮੌਲੀ ਦਾ ਨਾਮ ਲਿਆ ਉਹਦਾ ਕੀ ਲੈਣ ਦੇਣਾ ਕੀ ਰੰਜ ਕੀ ਹੈ ਉਹਦਾ ਵਿੱਚ ਕੀ ਰੋਲ ਪਤਾ ਨਹੀਂ ਸਾਨੂੰ ਤਾਂ ਪਤਾ ਨਹੀਂ ਹੈ ਪਤਾ ਨਹੀਂ ਹੈ ਵੀ ਕੀ ਗੱਲਬਾਤ ਹੈ ਕੀ ਨਹੀਂ ਪੈਸੇ ਉਹ ਤਾਂ ਹੁਣ ਤੁਹਾਡੇ ਨਾਲ ਕੋਈ ਰੋਲ ਹੈ ਕੋਈ ਕੀ ਰੋਲ ਹੈ ਉਹਨਾਂ ਦਾ ਅਸੀਂ ਤਾਂ ਆਪਣੇ ਵੀ ਚੱਲ ਦੱਸ ਜਾਂਦੇ ਜਾਂਦੇ ਵੀ ਰਹੇ ਹਾਂ ਜੀ ਸਰ ਹੋਰ ਕੋਈ ਹੋਰ ਵੀ ਕਰਜ ਕੀਤੇ ਹੋਏ ਬਹੁਤ ਸਾਰੇ ਤਕਰੀਬਨ 70% ਪਿੰਡ ਆਬਾਦੀ ਦੇ ਸ਼ਾਮਲ ਆਦਿ ਜਗ੍ਹਾ 'ਚ ਬੈਠੇ ਤਕਰੀਬਨ 70% ਨਹੀਂ ਉਹ ਨੰਬਰੀ ਆ ਕਿ ਉਹ ਮੈਂ ਕਹਿ ਰਿਹਾ ਜੀ ਆਬਾਦੀ ਤੇ ਸ਼ਾਮ ਦਾ ਜ਼ਿਆਦਾਤਰ ਸ਼ਾਮ ਲੱਗ ਵੀ ਹੈ ਅਤੇ ਆਬਾਦੀ ਵੀ ਹੈ ਨੰਬਰੀ ਜਗ੍ਹਾ ਪਿੰਡ 'ਚ ਬਹੁਤ ਘੱਟ ਹੈ ਜੀ ਅੱਛਾ ਹਾਂਜੀ ਅਤੇ ਫਿਰ ਉਹਨਾਂ ਦੀ ਸ਼ਿਕਾਇਤ ਤੁਸੀਂ ਕੀਤੀ ਹੈ ਕਿਸੇ ਨੂੰ ਸਰ ਸ਼ਿਕਾਇਤ ਤਾਂ ਦੇਖੋ ਪੰਚਾਇਤ ਨੇ ਕਰਨੀ ਹੈ ਅਸੀਂ ਆਪਾਂ ਦੇਖੋ ਪਿੰਡ 'ਚ ਮਾਹੌਲ ਤੁਹਾਡਾ ਜੀ ਤੁਹਾਡੇ ਅਸੀਂ ਬਿਲਕੁਲ ਇੱਕ ਸ਼ਿਕਾਇਤ ਹੁਣ ਦਿੱਤੀ ਹੈ ਜੀ ਆਪਣਾ ਸ਼ੁੱਕਰਵਾਰ ਨੂੰ ਅਸੀਂ ਡੀਡੀਪੀ ਸਾਹਿਬ ਨੂੰ ਇੱਕ ਦਿੱਤੀ ਹੈ ਕਿ ਜੇ ਇੱਕ ਪਰਿਵਾਰ 'ਤੇ ਪੱਖਪਾਤ ਨਾ ਕੀਤਾ ਜਾਵੇ ਜੇ ਮਿਣਤੀ ਹੋਣੀ ਤਾਂ ਸਾਰੇ ਪਿੰਡ ਦੀ ਹੋਵੇ ਸਾਨੂੰ ਵੀ ਪਤਾ ਲੱਗਣਾ ਚਾਹੀਦਾ ਫਿਰ ਕਾਰਵਾਈ ਸਭ ਦੇ ਬਰਾਬਰ ਤੁਸੀਂ ਕਹਿੰਦੇ ਵੀ ਸਾਰਿਆਂ ਦੀ ਮਿਣਤੀ ਹੋਵੇ ਠੀਕ ਹੈ ਜਿਹਨਾਂ ਦੇ ਨਜਾਇਜ਼ ਨੇ ਘਟਾਓ ਜੇ ਸਾਡਾ 5 ਫੁੱਟ ਹੋਰ ਵੀ ਨਜਾਇਜ਼ ਤਾਂ ਅਸੀਂ ਧੌਣ ਨੂੰ ਤਿਆਰ ਹਾਂ ਜੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਮਤਲਬ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਦੇ ਵੋਟਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਬਸ ਇਹ ਕਹਿ ਸਕਦੇ ਨਹੀਂ ਕਿ ਆਮ ਆਦਮੀ ਵੱਲੋਂ ਇੱਕ ਰੰਜਿਸ਼ ਕੱਢੀ ਜਾ ਰਹੀ ਹੈ ਹਾਂਜੀ ਜਦੋਂ ਟਿਕਟ ਨਹੀਂ ਮਿਲੀ ਇਹਨੇ ਪਲਟਾ ਖਾਇਆ ਆਮ ਪਾਰਟੀ ਦੇ ਵਿੱਚ ਆ ਗਿਆ ਉਹ ਟਿਕਟ ਆਪਣਾ ਇਹਨੂੰ ਸੋਹਣਾ ਪਰਮਿੰਦਰ ਸੋਹਣਾ ਦੀ ਟਿਕਟ ਮਿਲ ਗਈ ਉਹ ਅੱਛਾ ਤੁਸੀਂ ਉਹ ਝੰਡੇ ਵਾਲੀ ਗੱਲ ਕਰ ਰਹੇ ਸੀ ਕੀ ਕਹਿ ਰਹੇ ਸੀ ਸਰ ਇਹਨਾਂ ਦੇ ਮਕਾਨ ਦੇ ਝੰਡੇ ਕਾਂਗਰਸ ਦੇ ਲੱਗੇ ਹੋਏ ਸੀਗੇ ਝੰਡੇ ਦਾ ਸਰਪੰਚ ਦੇ ਮਕਾਨ ਦੇ ਕਾਂਗਰਸ ਦੇ ਲੱਗੇ ਹੋਏ ਸੀਗੇ ਪਰ ਉਹ ਅੱਜ ਆਮ ਆਦਮੀ ਚ ਕਿਵੇਂ ਆ ਗਿਆ ਜਿਹਨੇ ਵੋਟਾਂ ਪਾਈਆਂ ਉਹ ਤਾਂ ਆ ਗਿਆ ਵੋਟਾਂ ਤਾਂ ਅਸੀਂ ਵੀ ਪਾਈਆਂ ਝੰਡੇ ਚਾਹੇ ਕਿਸੇ ਪਾਰਟੀ ਲਾ ਸਕਦੇ ਡੈਮੋਕ੍ਰੇਸੀ ਆਪਾਂ ਲਾ ਸਕਦੇ ਹਾਂ ਝੰਡੇ ਲਾਉਣ ਤੋਂ ਕੋਈ ਰੋਕ ਸਕਦਾ ਪਰ ਉਹ ਰੰਜਿਸ਼ ਝੰਡੇ ਵਾਲੀ ਗੱਡੀ ਜਾ ਰਹੀ ਹੈ ਤੁਸੀਂ ਆਪਣੇ ਆਪ ਨੂੰ